दिन तेरिया गड्डिया लै गया ते पैसे लैनी आ गए। इस गल दा नहीं, गड्डी अगों भी बची है ते गड्डी पिछों भी बची, दुख इस गल दा। गड्डिया दा शोरूम है आ जी, वड्डी गड्डी लैके अपनी मशूक ना जा रहा है, अचानक हाथों के हाथ बजे है तो उन्हें कहा जान अगर तुम चाहो तो इससे भी आगे जा सकते हो, ओनू खाने वाल लै गया। मेरी सालगिरह में मैं कहा जा केक लैके आ ते छोटे भरा नू लै। बाथरूम च बह के पान खा रहा, मैं क्या तेन बोल नहीं आती? कहना नहीं यार खुशबो वाला खा रहा। वाह तुसी उत्ते लैनी जनाब, इन्हें पुरानी हो गई है। अच्छा अब्बा भी पुराना हो गया, चेंज कर लो। गल पता की है, देखो तारी शोच गया ना, सवाल किया दुनिया का केड़ा जानवर जिसके मुंह च दंद कोई नहीं उठ के कहता मेरी दादी। ये तो गल हो ही नहीं सी। सुहाग रात को अपनी बुढ़ी को कहता जान मूंह खाई च की लवोगे, वो कहती जे मूंह खान जोगी होंगी तो तेरे नाल ब्याह कर दी। इहदी एक भैन दौड़ गई, एक दी शादी होगी। मैं क्या की कहता कभी खुशी कभी गम तररम पम पम। इहदी भी भैन का ब्याह होया, एक हफ्ते बाद उन्हें मिलन जा रहा। मैं क्या किधर जा रहा? कहना बाजी हल चला। मैं क्या बाजी हल खाली हाथ नहीं जाइए, छे बंदे लै गए मकान किराए पर लैन गया। उन्होंने कहा यार ये नहीं देना, इतने जेन लेंगे। कहना कोई गल नहीं, अद्धा किराया वो दे जाना, अद्धा असी दे जाओ। सही है ना, मोटरसाइकिल से जा रहे पुलिस वाले कहते कागज दिखाओ, कहता उसे चुके ही नहीं। ये भी मोटरसाइकिल से जा रहे हैं, सार्जेंट ने रोकया, उन्हें कहा कापी वहा, कहता वो तो बाजी की मेहंदी तो सुटती। इहदी अम्मी कहती जा पुत्र झावा लैके आते अपने अब्बे नूं लै गया। इहदी अम्मी ने भी कहा जा बेटा अब्बू नूं बुला के लिया मैनू लै गए। मैं तेन कोई पैसे टाइम ना बचा। मेरी गल सुन, एक जगह ते मेरी बस पेमेंट फसी है, या अल्लाह शुक्र है एदा तो ते जान छुटी, और कोई और मुसीबत ना गल पाई है। तुहाडा खाना खराब आ, तुहाडा सत्यानाश। अच्छा जी, हां जी, बेटियां ने ठूस के ते हुण इत्थे खरोते जी। ते होर किथे खलोजिए, बेटी किन्ने देरी ने? मैं देनी है। अरे किने लांदी सी 5 लाख ना चांदे तो सारे वाल तेरे प्यो ने पुटने फै गए। सिमली बच्चे इनू सीधी कर, पहले अपनी दुकानदारी टाको जिसे व्हाट्सएप से भी कपड़ा पा छिमछी Jimmy kill my team and YouTube is a cover. Is that the show or she? ਤੁਸੀਂ ਦੇਖੋ ਮੇਰਾ ਦਿਲ ਵੀ ਨਹੀਂ ਕਰ ਰਿਹਾ 1 2 3 ਕਰਨ ਨੂੰ। ਉਹ ਤੇ ਆ ਰਹੇ ਜੇ ਮਿੱਠੀ ਸਿਮਲੋ ਸਮਕਾ ਟਿਪੀਕੋ ਸਿਮਲੋ। ਐਸੀ ਤੇ ਗੱਲ ਹੀ ਨਹੀਂ ਹੋਈ, ਐਸੀ ਤੇ ਗੱਲ ਹੀ ਨਹੀਂ ਹੋਈ। ਹੈ ਐਵੇਂ ਸੱਚੀ ਹੋਣ ਨਹੀਂ ਹੈ ਸਾਲੀਏ।
ਹੁਣ ਉਹ ਚੀਕਾਂ ਕਿੱਥੇ ਸਿਮਲਿਖੋ ਸਿਮਲਿਖੋ ਉੱਠ ਪੈ ਉੱਠ ਮਾਰੀਏ ਬੱਚੀਏ ਓ ਮੇਰਾ ਲੱਕ ਟੁੱਟ ਗਿਆ ਤੂੰ ਕਲੇਮ ਕਰ ਦਿਓ ਮੇਰੇ ਵਾਸਤੇ ਵੀ ਆਏ ਉਹਨਾਂ ਤੇ ਨਾ ਪਾ ਮੇਰਾ ਲੱਕ ਟੁੱਟ ਗਿਆ ਇਸ ਲੱਕ ਨਾਲ ਹੋਈ ਥੋੜੀ ਹੈ ਹਰ ਬੰਦੇ ਨੇ ਤੇ ਗੁੱਡ ਲੱਕ ਕੀਤੀ ਹੈ ਤੇ ਫੇਰ ਹੀ ਲੱਕ ਟੁੱਟਦਾ ਹੈ ਜੋ ਮਰਜ਼ੀ ਕਰ ਲੈ ਕਮੇਟੀ ਲੈ ਕੇ ਜਾਣੀ ਹੁੰਦੀ ਪਹਿਲੇ ਮਾਨਤਾ ਬੈਲੈਂਸ ਕਰ ਸਹੀ ਹੈ ਲੱਕ ਕੀ ਕਰਨਾ ਇਹ ਕਮੇਟੀ ਦੀ ਹੈ ਤੇ ਕਰਨਾ ਕਰਾ ਕਿਵੇਂ ਕਮੇਟੀ ਲੈ ਕੇ ਜਾਣੀ ਕਮੇਟੀ ਦੇ ਕੇ ਭੇਜਾਂਗਾ ਕਮੇਟੀ ਦੇ ਕੇ ਭੇਜਾਂਗਾ ਇੱਕ ਨਹੀਂ ਦੋ ਦੋ ਦਵਾਂਗਾ ਨਾਵੇਂ ਪੂਰੇ ਦਵਾਂਗਾ ਭਾਵੇਂ ਅੱਜ ਲੈ ਜਾ ਭਾਵੇਂ ਕੱਲ ਲੈ ਜਾ ਭਾਵੇਂ ਠੀਕ ਇਹ ਮੇਰੇ ਕੋਲ ਨਹੀਂ ਗਿਆ ਕੋਈ ਆ ਹੁਣ ਤੇਰੀ ਕਮੇਟੀ ਤੈਨੂੰ ਦੇ ਦੇਵਾਂਗੇ ਤੇਰੀ ਕਮੇਟੀ ਮੇਰੇ ਕੋਲ ਹੈ ਇਹ ਤਾਂ ਅਖਬਾਰ ਹੈ ਇਹਦੇ ਚ ਇਸ਼ਤਿਹਾਰ ਹੈ ਹਾਂ ਜਿਹੜਾ ਅਸੀਂ ਦਿੱਤਾ ਸੀ ਸਾਰਾ ਕਾਰ ਕਰਾਇਆ ਤੇ ਦੇਰੇ ਹਾਂਜੀ ਇੱਥੇ ਕਿਰਾਏ ਦਾ ਰਹਿਣਗੇ ਐਡਵਾਂਸ ਮਿਲੇਗਾ ਤੇਰੀ ਕਮੇਟੀ ਤੇਰੇ ਮੂੰਹ ਤੇ ਮਾਰ ਦੇਾਂਗੇ ਅੱਛਾ ਜੀ ਹਾਂ ਚਲੋ ਠੀਕ ਹੈ ਮੈਂ ਮੰਨ ਲੈਣੀ ਆ ਲੇਕਿਨ ਹੁਣ ਮੈਂ ਜਾ ਰਹੀ ਆ ਜਿੱਦਾਂ ਮੈਂ ਦੁਬਾਰਾ ਲੈ ਨਹੀਂ ਕਿ ਕਮੇਟੀ ਲੈ ਕਿ ਜਾਂਦੀ ਕਮੇਟੀ ਅੱਜ ਤੇਰੀ ਹਾਰ ਦੇ ਦੋ ਤਿੰਨ ਬੰਦੇ ਬੈਠੇ ਨੇ ਤੇ ਅੰਦਰ ਦੀ ਔਰਤ ਆ ਗਈ ਉਹ ਵੈਸੀ ਭਾਂ ਦਾ ਪਲੇਟਫਾਰਮ ਵਰਗਾ ਸਿਰੇ ਜਵਾਨ ਮੁੰਡਾ ਬਾਬਾ ਨਹੀਂ ਕਮੇਟੀ ਲੈ ਕਿ ਜਾਂਦੀ ਕਮੇਟੀ ਲੈ ਕਿ ਭੇਜਾਂਗਾ ਕਮੇਟੀ ਕੇ ਵਸੀਮ ਹੈ ਕੀ ਹੈ ਓਏ ਅੱਬਾ ਜੀ ਨੂੰ ਤੂੰ ਤੇ ਤੇਰੀ ਐਕਟਿੰਗ ਤੋਂ ਸਖਤ ਨਫ਼ਰਤ ਹੈ ਅੱਛਾ ਹਾਂ ਤੇ ਮੈਂ ਕਿਹਦੇ ਲਈ ਕਰ ਰਹੇ ਹਾਂ ਕਿਹਦੇ ਲਈ ਕਰ ਰਹੇ ਹਾਂ ਆਪਣੇ ਲਈ ਕਰ ਰਹੇ ਹਾਂ ਇਹ ਜਿਹੜਾ ਵਾਲ ਵਾਲ ਹੈ ਨਾ ਜਨਾਬ ਦਾ ਇਹ ਕਰਜ਼ੇ 'ਚ ਪੂਰਾ ਮਹੱਲਾ ਥੂ ਥੂ ਕਰਦਾ ਤੇਰੀ ਮੈਂ ਆਪਣਾ ਇਮਦਾਦ ਕਰਨ ਆਇਆ ਤੇਰੀ ਹੈਲਪ ਕਰਨ ਆਇਆ ਤੇ ਤੂੰ ਮੈਨੂੰ ਅੱਗੋਂ ਅੱਖਾਂ ਵਹਾਉਣ ਦੇ ਓਏ ਹੈਲਪ ਤੇ ਠੀਕ ਹੈ ਜੇ ਅੱਬਾ ਜੀ ਨੂੰ ਪਤਾ ਲੱਗ ਗਿਆ ਕਿ ਮੈਂ ਤੈਨੂੰ ਆਪਣੇ ਘਰ 'ਚ ਰੱਖਿਆ ਉਤੋਂ ਇਹ ਘਰ ਅਸੀਂ ਦੋਵੇਂ ਮਿਲ ਕੇ ਸਾਰੇ ਕਮਰੇ ਕਿਰਾਏ ਤੇ ਦੇ ਰਹੇ ਹਾਂ ਤੇ ਲੰਡਨ ਤੋਂ ਫੌਰਨ ਵਾਪਸ ਆ ਕੇ ਦੋਵਾਂ ਨੂੰ ਘਰੋਂ ਬਾਹਰ ਕਰ ਦੇਣਗੇ ਤੇ ਜੇ ਅੱਬਾ ਜੀ ਨੂੰ ਬਚਪਨ ਦਾ ਪਤਾ ਲੱਗ ਗਿਆ ਕੀ ਜਿਹੜਾ ਤੇਰੇ ਮੇਰੇ ਨਜਾਇਜ਼ ਸੰਬੰਧ ਉਹ ਕਿਹੜੇ ਸੰਬੰਧ ਨੇ ਹੈ ਸੁਣ ਲਈਏ ਸਾਰੇ ਹੀ ਸਾਰੇ ਕੀ ਮੇਰਾ ਬਚਪਨ ਕਢਾਇਆ ਤੇ ਕੋ ਗੱਲਾਂ ਕਰਨਾ ਜਿਹੜਾ ਬਚਪਨ ਕਢਾਇਆ ਤੂੰ ਮੇਰਾ ਯਾਦ ਨਹੀਂ ਜਦੋਂ ਇਕੱਠੇ ਸੌਂਦੇ ਸੀ ਹਾਂ ਮੈਂ ਤੈਨੂੰ ਕਿਹਾ ਸਾਹ ਲੈ ਤੂੰ ਕਿਹਾ ਲੈ ਮੈਂ ਕਿਹਾ ਹੁਣ ਇਹ ਲੈ ਯਾਦ ਹੀ ਜਦੋਂ ਛੱਤ ਕਬੂਤਰ ਲੈਣ ਆਉਂਦਾ ਹੁੰਦਾ ਸੀ ਉਹ ਸਾਰੀਆਂ ਗੱਲਾਂ ਭੁੱਲ ਗਏ ਉਹ ਕਿਹੜੀਆਂ ਜਦੋਂ ਮੈਂ ਤੇਰੇ ਅੱਜ ਕਬੂਤਰ ਬਣਾਇਆ ਤੂੰ ਰੋਣ ਲੱਗ ਪਿਆ ਮੈਨੂੰ ਚਿੱਟਾ ਬਣਾਉਣੇ ਮੇਰਾ ਤੇ ਕਾਲਾ ਸੀ ਇਹ ਤੇ ਗੱਲ ਹੋਈ ਹੀ ਨਹੀਂ ਯਾਰ ਨਹੀਂ ਚੋਲ ਜਾਣਾ ਕਰਿਆ ਕਰੋ ਐ ਨਹੀਂ ਨਾ ਕਰਿਆ ਕਰਾਂ ਖਾ ਕਸਮ ਨਹੀਂ ਕੀ ਕਸਮਾਂ ਤੇ ਹੁਣ ਆ ਗਏ ਆਏ ਆਏ ਤਗਿਆਤਾ ਪੂਰੇ ਕੱਲੇ ਨੂੰ ਪਤਾ ਤੂੰ ਕੀ ਹੈ ਤੇਰਾ ਮੇਰਾ ਕੀ ਤੱਕ ਮੇਰੀ ਗੱਲ ਸੁਣ ਇਹ ਹੁਣ ਅਸੀਂ ਕਿਰਾਏ ਤੇ ਦਵਾਂਗੇ ਤੇਰੇ ਲਈ ਭਲਾ ਕਰਨ ਆ ਮੈਂ ਸ਼ਰਤਾਂ ਹੀ ਇਹੋ ਜਿਹੀਆਂ ਲਿਖੀਆਂ ਨੇ 10,000 ਰੁਪਇਆ ਕਿਰਾਇਆ ਹਾਂ 30,000 ਰੁਪਇਆ ਐਡਵਾਂਸ ਠੀਕ ਸ਼ਰਤ ਦੇ ਕੇ ਜਦੋਂ ਚਾਹੀਏ ਅਸੀਂ ਮਕਾਨ ਖਾਲੀ ਕਰਾ ਸਕਦੇ ਆ ਸਾਨੂੰ ਕੋਈ ਕਿਸੇ ਦੀ ਕੋਈ ਟੈਨਸ਼ਨ ਦੀ ਲੋੜ ਨਹੀਂ ਪੈਗੀ ਅੱਛਾ ਹਾਂ ਮੈਂ ਤੇਰੇ ਫੋਨ ਕਰਨਾ ਜ਼ਰੂਰੀ ਹੋ ਮੈਂ ਕਰਾਂਗਾ ਤੇ ਫਿਰ ਮੈਂ ਆਵਾਂ